सत श्री अकाल जी, मैं अजमेर सिंह दीवा। अज असी पहुंचे हाँ पैल पैल शहर के कीमा होंडा जो बहुत सारे जो आइटम नवे नवे कलर तो साढ़े को मैनेजर साहब खड़े ने। मैनेजर साहब ता बहुत स्वागत है जी। बहुत बहुत धन्यवाद। स्कीम लैके आए तो कि मॉडल है जी अपने को? एक्टिवा सारी मॉडल अवेलेबल है। ਤੁਹਾਨੂੰ ਹਰ ਇੱਕ ਕਲਰ ਹਰ ਇੱਕ ਰੇਟ ਦੇ ਵਿੱਚ ਅਤੇ ਹਰ ਇੱਕ ਸੀ ਸੀ ਦੇ ਵਿੱਚ ਅਵੇਲੇਬਲ ਮਿਲ ਜਾਏਗੀ। ਹਾਂਜੀ, 125 ਆ ਜਾਂਦੇ ਇਹਦੇ ਗ੍ਰਾਫਿਕਸ ਨੇ, ਜਿਹੜੇ ਇੰਡੀਕੇਟਰ ਵਗੈਰਾ ਇਹਦੇ ਥੱਲੇ ਆ ਜਾਂਦੇ ਆ ਜੀ। 110 ਸੀ ਸੀ ਦੇ ਵਿੱਚ ਉੱਪਰ ਆਉਂਦੇ ਨੇ ਬਾਈ। जी मैं अजमेर सिंह दीवा। अज असी पहुंचे हाँ पैल पैल शहर के कीमा होंडा जो बहुत सारे जो आइटम जो गड्डिया आई हुई हैं वो कि मॉडल ने और की उन्होंने प्राइज आ कि स्कीम चल रही है और अपन अंदर लै चलते हैं। आओ चलते हैं दिखाने सूँ नवे नवे मॉडल नवे नवे रंग नवे नवे कलर। तो साढ़े को मैनेजर साहब खड़े ने। मैनेजर साहब ता बहुत स्वागत है जी। बहुत बहुत धन्यवाद। किम लैके आए तो कि मॉडल है जी? अपने को एक्टिवा के सारी मॉडल अवेलेबल है जी। तो ये बाइक भी है अपने को। एक्टिवा अजक मोस्ट कह लो भी पॉपुलर हो रही है लोगों के। साढ़े को एक्टिवा के हर एक कलर हर एक रेट के ਤੇ ਹਰ ਇੱਕ ਸੀਸੀ ਦੇ ਵਿੱਚ ਅਵੇਲੇਬਲ ਮਿਲ ਜਾਏਗੀ। ਜੇ ਗੱਲ ਕਰੀਏ ਜਿਹੜੀ ਆਪਣੀ ਰੇਟ ਰੇਂਜ ਉਹ ਕਿੱਥੋਂ ਤੋਂ ਕਿੰਨੀ ਕਿਵੇਂ ਤੋਂ ਸਟਾਰਟ ਹੁੰਦੀ ਹੈ? ਰੇਟ ਸਰ ਆਪਣੇ ਕੋਲ ਹੈਗਾ ਜਿਵੇਂ ਮੰਨ ਲਓ ਐਕਟਿਵਾ ਸਟੈਂਡਰਡ ਮਾਡਲ ਆ ਜਾਂਦਾ ਜੀ ਆਪਣਾ। ਐਕਟਿਵਾ ਸਟੈਂਡਰਡ ਮਾਡਲ ਹੈਗਾ ਔਨ ਰੋਡ ਆਪਣੇ 92 ਦਾ ਔਨ ਰੋਡ ਪ੍ਰਾਈਸ ਹੈਗਾ ਵਾ। ਇਹ ਤੁਹਾਨੂੰ 92 ਦੇ ਵਿੱਚ ਔਨ ਰੋਡ ਮਿਲ ਜਾਏਗੀ ਜੀ। ਠੀਕ ਹੈ, ਉਸ ਤੋਂ ਬਾਅਦ 'ਚ ਫਿਰ ਇਸ ਤੋਂ ਆਪਾਂ ਆ ਜਾਂਦਾ ਜੀ 96 ਦੇ ਵਿੱਚ ਆਪਾਂ ਨੂੰ ਡੀਲਕਸ ਮਾਡਲ। ਬੜਾ ਥੋੜਾ 10 ਵੀ ਤੋਂ ਵੀ 92 ਵਾਲਾ। ਹਾਂਜੀ ਹਾਂ, ਇਹਦੇ ਵਿੱਚ ਦੇਖੋ ਜਿਵੇਂ ਕਹਿ ਲਓ ਵੀ ਆਹ ਬਾਈ ਖੜੀ ਆ ਆਪਣੇ ਹਾਂਜੀ ਸਕੂਟਰ ਖੜਾ ਜੀ। ਇਹ ਐਕਟਿਵਾ 110 ਸੀਸੀ ਦੇ ਵਿੱਚ ਹੈ, ਇਹ ਸਟੈਂਡਰਡ ਮਾਡਲ ਹੈ। ਇਹ 92 ਦੇ ਵਿੱਚ ਔਨ ਰੋਡ ਪੈਂਦਾ ਜੀ। ਠੀਕ ਹੈ ਜੀ। ਕਲਰ ਇਹਦੇ ਵਿੱਚ ਤੁਹਾਨੂੰ ਅਲੱਗ-ਅਲੱਗ ਮਿਲ ਜਾਣਗੇ, ਵਾਈਟ, ਗ੍ਰੇ, ਪੀਐਸ ਸਾਇਰਨ, ਬਲੂ ਕਲਰ ਮਿਲ ਜਾਊਗਾ ਜੀ, ਬਲੈਕ ਮਿਲ ਜਾਏਗਾ। ਕਲਰ ਤੁਹਾਨੂੰ ਸਾਰੇ ਅਰੇਂਜ ਕਰ ਦੇਵਾਂਗੇ ਆਪਾਂ ਜਿਹੜੇ ਇਹਦੇ ਵਿੱਚ ਆਹ ਮਾਡਲ ਖੜੇ। ਹਾਂਜੀ, ਇਹਦੇ ਵਿੱਚ ਫਿਰ 110 ਸੀਸੀ ਦੇ ਵਿੱਚ ਆਪਾਂ ਨੂੰ ਇੱਕ ਡੀਲਕਸ ਮਾਡਲ ਮਿਲ ਜਾਏਗਾ। ਇਹ 96 ਦੇ ਵਿੱਚ ਔਨ ਰੋਡ ਪੈਂਦਾ ਜੀ। ਠੀਕ ਹੈ ਜੀ। ਠੀਕ ਹੈ ਜੀ। ਇਸ ਤੋਂ ਉੱਪਰ ਅਗਰ ਆਪਾਂ ਲੈਣਾ ਚਾਹੁੰਦੇ ਹਾਂ ਤਾਂ ਇਹਦੇ ਵਿੱਚ ਇੱਕ ਐਚ ਸਮਾਰਟ ਆਉਂਦੀ ਹੈ ਜੀ। ਇਹਦੇ ਵਿੱਚ 110 ਸੀਸੀ ਦੇ ਵਿੱਚ ਐਚ ਸਮਾਰਟ ਆ ਜਾਂਦੀ ਆ। ਇਹਦੇ ਵਿੱਚ ਓਲਾਈ ਵੀ ਲਾ ਜਾਂਦੇ ਆ, ਫੀਚਰ ਦਾ ਫਰਕ ਪੈ ਜਾਂਦਾ ਵਾ, ਲੁੱਕ ਵਾਈਜ਼ ਥੋੜਾ ਫਰਕ ਪੈ ਜਾਂਦਾ। ਪਿੱਛੇ ਐਕਟਿਵਾ ਦੇ ਨਾਲ ਸਟicker ਆ ਜਿਹੜਾ ਐਚ ਸਮਾਰਟ ਦਾ ਲੱਗ ਕੇ ਆਉਂਦਾ ਜੀ ਨਾਲ। ਇਹ ਆਪਾਂ ਨੂੰ ਕਿੰਨੇ ਪੈ ਜਾਂਦੇ ਆਨ ਰੋਡ? ਇਹ 1 ਲੱਖ ਦੇ ਵਿੱਚ ਆਨ ਰੋਡ ਪੈ ਜਾਂਦੀ ਆ ਜੀ। ਜਿਹੜੇ ਇਧਰ ਆਪਣੇ ਇਸ ਤੋਂ ਉੱਪਰ ਫਿਰ 125 ਆ ਜਾਂਦੀ ਆ ਜੀ। 125 ਦੇ ਵਿੱਚ ਵੀ ਇਹਦੇ ਵਿੱਚ ਦੋ ਮਾਡਲ ਆਉਂਦੇ ਆ ਜੀ। ਆ 125? ਹਾਂਜੀ, 125 ਆ ਜਾਂਦੇ ਆ। ਇਹਦੇ ਗ੍ਰਾਫਿਕਸ ਨੇ ਜਿਹੜੇ ਇੰਡੀਕੇਟਰ ਵਗੈਰਾ ਇਹਦੇ ਥੱਲੇ ਆ ਜਾਂਦੇ ਆ ਜੀ। 110 ਸੀਸੀ ਦੇ ਵਿੱਚ ਉੱਪਰ ਆਉਂਦੇ ਨੇ ਵਾਈਜ਼ਰ ਦੇ ਵਿੱਚ। ਠੀਕ ਹੈ ਨਾ। ਜੇ ਆਪਾਂ ਗੱਲ ਕਰੀਏ ਜੀ ਐਵਰੇਜ ਦੀ ਕਿੰਨਾ ਫਰਕ ਹੁੰਦਾ? ਐਵਰੇਜ ਦਾ ਸਰ ਇਹਦਾ ਪਾਵਰ ਦੇ ਅਕੋਰਡਿੰਗ ਆਪਾਂ ਚੱਲੀਏ ਤਾਂ 4-5 ਕਿਲੋਮੀਟਰ ਦਾ ਫਰਕ ਪੈਂਦਾ, ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਹੈਗਾ ਜੀ। ਇਹਦੀ ਕਿੰਨੀ ਇਹਦੀ ਰੇਟ ਹੈਗਾ ਬਾਈ? ਔਨ ਰੋਡ 1,02,000 ਦਾ ਪੈ ਜਾਂਦਾ ਜੀ। 125 ਸੀਸੀ। ਹਾਂਜੀ, ਜਿਹੜੇ ਆਪਣੇ ਹੋਂਡਾ ਦੇ ਮੋਟਰਸਾਈਕਲ ਦੇ ਉਹਨਾਂ ਦੇ ਕੀ ਸਕੀਮ? ਮੋਟਰਸਾਈਕਲ ਆਪਣੇ ਕੋਲ ਬਹੁਤ ਵਧੀਆ ਕਲਰ ਦੇ ਵਿੱਚ ਮਿਲ ਜਾਣਗੇ ਤੁਹਾਨੂੰ। 100 ਸੀਸੀ ਤੋਂ ਸਟਾਰਟ ਹੋ ਜਾਂਦਾ ਅੱਜ ਕੱਲ੍ਹ। ਸ਼ਾਈਨ 100 ਸੀਸੀ ਮੋਟਰਸਾਈਕਲ ਆ ਜਿਹੜਾ ਸੈਲਫ ਸਟਾਰਟ ਆ ਅਤੇ ਕਿੱਕ ਆ, ਦੋਨੋਂ ਆਪਸ਼ਨ ਆ ਜਾਂਦੀਆਂ ਨੇ ਇਹਦੇ ਵਿੱਚ ਅਤੇ ਵਧੀਆ ਚੱਲ ਰਿਹਾ, ਪਰਫਾਰਮੈਂਸ ਵੀ ਵਧੀਆ ਮਿਲ ਰਹੀ ਆ ਅਤੇ ਰੇਟ ਵਿੱਚ ਵੀ ਠੀਕ ਹੈ ਇਹ। 78 ਦਾ ਔਨ ਰੋਡ ਪੈ ਜਾਂਦਾ ਜੀ ਇਹ। ਕਿੰਨਾ ਜੀ? 78 ਦਾ। 78,000 ਦਾ ਔਨ ਰੋਡ ਪੈ ਜਾਂਦਾ ਜੀ, ਸਾਰੇ ਕੰਪਲੀਟ ਕਰਕੇ ਡਾਕੂਮੈਂਟ ਇਹਦੇ ਵਿੱਚ। ਵਿੱਚ ਤੁਹਾਨੂੰ 5 ਸਾਲ ਦੀ ਇੰਸ਼ੋਰੈਂਸ, ਹਾਈ ਸਿਕਿਉਰਿਟੀ ਨੰਬਰ ਪਲੇਟ ਅਤੇ ਆਰਸੀ ਵਿਦ ਕੰਪਲੀਟ ਮਿਲ ਜਾਣੀ ਹੈ ਜੀ। ਓਕੇ ਜੀ। ਜਿਹੜੇ ਆਹ ਮਾਡਲ ਖੜੇ ਜੀ ਇਹ, ਹਾਂਜੀ, ਜਿਹੜੇ ਆਪਣੇ ਵਰਕਿੰਗ ਦੇ ਵਿੱਚ ਚੱਲ ਰਹੇ ਨੇ 110 ਸੀਸੀ ਦੇ ਵਿੱਚ ਨੇ, ਇਹ ਸਾਰੇ ਉਹ ਮਾਡਲ ਨੇ ਜੀ। ਇਹ 'ਚ ਕਲਰ ਆਪਸ਼ਨ ਹੈਗੀ ਆ ਤੁਹਾਡੇ ਕੋਲ, ਗ੍ਰੇ ਦੀ ਹੈਗੀ ਆ, ਵਾਈਟ ਦੀ ਹੈਗੀ ਆ, ਪੀਸ ਸਾਇਰਨ ਬਲੂ ਆ, ਸਾਰੇ ਕਲਰ ਮਿਲ ਜਾਣਗੇ ਆਪਣੇ ਕੋਲ ਅਵੇਲੇਬਲ ਨੇ ਸਾਰੇ ਕੋਲ। ਜੇ ਗੱਲ ਕਰੀਏ ਭਾਜੀ ਆਪਾਂ ਫਾਈਨਾਂਸ ਦੀ ਤੇ ਕਿੰਨੀ ਕੁ ਬੰਦਾ ਡਾਊਨ ਪੇਮੈਂਟ ਲੈ ਕੇ? ਡਾਊਨ ਪੇਮੈਂਟ ਦੇਖੋ ਸਰ, ਅੱਜ ਕੱਲ੍ਹ ਸਾਡੇ ਕੋਲ ਬਹੁਤ ਵਧੀਆ ਸਕੀਮ ਆਈ ਆ, ਤੁਸੀਂ 5,000 ਰੁਪਇਆ ਡਾਊਨ ਪੇਮੈਂਟ ਦੇ ਕੇ ਵੀ ਬਾਕੀ ਫਾਈਨਾਂਸ ਕਰਵਾ ਸਕਦੇ ਹੋ। ਆਸਾਨ ਕਿਸ਼ਤਾਂ ਦੇ ਵਿੱਚ ਜਿਹੋ ਜਿਹੀ ਤੁਹਾਡੀ ਹੋਊਗੀ ਕੈਪੈਸਿਟੀ ਹੋਊਗੀ ਅਕੋਰਡਿੰਗ ਤੁਹਾਡੇ ਉਹਦੇ ਅਕੋਰਡਿੰਗ ਤੁਹਾਡੀ ਕਿਸ਼ਤ ਬਣ ਜਾਏਗੀ। ਅਤੇ ਜਿਹੜੇ ਤੁਸੀਂ ਨਵੇਂ ਮਾਡਲ ਲੈ ਕੇ ਆਉਂਦੇ ਨੇ, ਇਹ ਨਵੇਂ ਮਾਡਲ ਦੇ ਕੰਪਨੀ ਵੱਲੋਂ ਕੀ ਜਿਵੇਂ ਦੀਵਾਲੀ ਆਪਾਂ ਕਹਿੰਦੇ ਦੀਵਾਲੀ ਧਮਾਕਾ ਆ ਜਾਣਾ, ਵੀ ਕੰਪਨੀ ਵੱਲੋਂ ਕੀ ਇਨਾਮ ਵਗੈਰਾ ਕੀ ਦਿੱਤੇ ਜਾ ਰਹੇ ਆ? ਸਾਡੇ ਆਪਣੇ ਕੰਨੀਓ ਅਸੀਂ ਇੱਕ ਤੁਹਾਨੂੰ ਸਪੈਸ਼ਲ ਗਿਫਟ ਤਿਆਰ ਕਰਵਾਏ ਹੋਏ ਨੇ। ਅਸੀਂ ਤੁਹਾਨੂੰ ਹਰੇਕ ਪਰਚੇਜ਼ ਤੇ ਇੱਕ ਤੁਹਾਨੂੰ ਵਧੀਆ ਖੂਬਸੂਰਤ ਇੱਕ ਗਿਫਟ ਦਵਾਂਗੇ ਜੀ। ਠੀਕ ਹੈ ਜੀ। ਹਾਂਜੀ ਹਾਂ, ਬਿਲਕੁਲ ਜੀ। ਅਤੇ ਲਓ ਮਿੱਤਰੋ, ਇਹ ਸਾਨੂੰ ਮੈਨੇਜਰ ਸਾਹਿਬ ਜਿਨ੍ਹਾਂ ਨੇ ਬਹੁਤ ਸਾਰੀ ਜਾਣਕਾਰੀ ਦਿੱਤੀ ਆ, ਇਹ ਸਾਨੂੰ ਮੈਨੇਜਰ ਸਾਹਿਬ ਨੇ ਬਹੁਤ ਸਾਰੀਆਂ ਜੋ ਕਿ ਕਿਹੜੇ ਕਿਹੜੇ ਮਾਡਲ ਲਾਏ ਨੇ ਉਹਨਾਂ ਦੀ ਜਾਣਕਾਰੀ ਦਿੱਤੀ ਆ, ਅਤੇ ਇਹਨਾਂ ਦੇ ਕਿਹੜੇ ਕਿਹੜੇ ਗਿਫਟ ਦਿੱਤੇ ਜਾ ਰਹੇ ਨੇ ਉਹਨਾਂ ਕਰੇ ਜਾਣਕਾਰੀ ਦਿੱਤੀ ਆ, ਅਤੇ ਇਸ 'ਤੇ ਬਹੁਤ ਸਾਰੀ ਫਾਈਨਾਂਸ ਦੀ ਸੁਵਿਧਾ ਵੀ ਕਿਹਾ। ਤੁਸੀਂ 5,000 ਰੁਪਈਆ ਡਾਊਨ ਪੇਮੈਂਟ ਲੈ ਕੇ ਕੋਈ ਵੀ ਗੱਡੀ ਲੈ ਕੇ ਜਾ ਰਹੇ ਹੋ, ਅਤੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇਕਰ ਸਾਡੇ ਚੈਨਲ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਦੇਖੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਮਿਲਦਾ ਜਲਦ ਕਿਸੇ ਹੋਰ ਨਵੀਂ ਵੀਡੀਓ ਨਾਲ। ਸਤਿ ਸ਼੍ਰੀ ਅਕਾਲ।